ਟੈਕਨੋਲੋਜੀ ਆ ਜੀ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਦੱਸੀਏ ਤਾਂ ਇਹ ਇੱਕ ਨਵੀਂ ਟੈਕਨੋਲੋਜੀ ਆ ਜਿਹਨੂੰ ਆਪਾਂ ਹਵਾ ਦੇ ਵਿੱਚ ਆਲੂ ਲੱਗਣਾ ਕਹਿੰਦੇ ਆ ਇਹਨੂੰ ਇੰਗਲਿਸ਼ ਦੇ ਵਿੱਚ ਐਰੋਪੋਨਿਕਸ ਕਿਹਾ ਜਾਂਦਾ ਇਹਦੇ ਵਿੱਚ ਜੋ ਕਲਟੀਵੇਸ਼ਨ ਹੁੰਦੀ ਆ ਉਹ ਵਾਇਰਸਲੈਸ ਉਹਦੇ ਵਿੱਚ ਕੋਈ ਵੀ ਵਾਇਰਸ ਵਿੱਚ ਸੀਡ ਦੇ ਵਿੱਚ ਨਹੀਂ ਆਉਂਦਾ ਜਿਹੜੀ ਇਹਦੇ ਵਿੱਚ ਆਪਾਂ ਮਿੰਨੀ ਟਿਊਬਰ ਤਿਆਰ ਕਰਦੇ ਆ ਜਿਹੜੇ ਕਿਸਾਨਾਂ ਨੂੰ ਅੱਗੇ ਦਿੰਦੇ ਆ नमस्कार कृषि हेल्पलाइन चैनल में किसान भरावां दा स्वागत है। असीं आए हाँ खट्टड़ा पोटैटो ग्रुप मेला जो पंजाब च कीता जा रहा उत्थे पहुंचे हाँ। आप गल करते हैं आलूआं दे विच मिनी ट्यूबर टैक्नोलॉजी बारे जिहदे नाल आलूआं दे विच वध तों वध प्रॉफिट लिया जा सकता है। तो इस टाइम असीं खड़े हाँ एस डी बायोटैक सीट दे विच सुखपाल सिंह जी गलबात थानवीर नाल साझी करनगे। पहला तो सत श्री अकाल जी थोड़ा बहुत बहुत धन्यवाद तुसीं साडे इस नवें प्रोजैक्ट नूं वेखण आए। तो मेरे किसान वीरां नूं मैं दसण दी कोशिश करना जिहड़ी इह नवीं टैक्नोलॉजी आ CPRI ਬਾਸ਼ਾਪੁਰ ਜਲੰਧਰ ਵੱਲੋਂ ਆਯਾਤ ਕੀਤੀ ਗਈ ਆ ਤਕਰੀਬਨ 15 ਸਾਲ ਤੋਂ। ਅਸੀਂ ਬੜਾ ਭਾਗੀ ਹਾਂ ਕਿ ਬਠਿੰਡੇ ਜ਼ਿਲ੍ਹੇ ਦੇ ਪਿੰਡ ਦਿਆਲਪੁਰੇ ਭਾਈ ਦੇ ਵਿੱਚ ਅਸੀਂ ਦੋ ਬ੍ਰਦਰ ਮੈਂ ਤੇ ਇਕਬਾਲ ਸਿੰਘ ਮੇਰੇ ਬ੍ਰਦਰ ਡਾਕਟਰ ਹਰਪਾਲ ਸਿੰਘ ਮੇਰਾ ਭਤੀਜਾ ਜੀ ਅਸੀਂ ਤਿੰਨਾਂ ਨੇ ਰਲ ਕੇ ਸਾਂਝੇ ਪਰਿਵਾਰ ਦੇ ਵਿੱਚ SB ਬਾਇਓਟੈਕ ਦੇ ਨਾਂ ਤੇ ਅਸੀਂ ਇਹ ਜਿਹੜੀ ਉਹਨਾਂ ਦੀ ਆਲੂ ਦੀ ਖੋਜ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਟੈਕਨੋਲੋਜੀ ਆ ਜੀ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਦੱਸੀਏ ਤਾਂ ਇਹ ਇੱਕ ਨਵੀਂ ਟੈਕਨੋਲੋਜੀ ਆ ਜਿਹਨੂੰ ਆਪਾਂ ਹਵਾ ਦੇ ਵਿੱਚ ਆਲੂ ਲੱਗਣਾ ਕਹਿੰਦੇ ਹਾਂ ਇਹਨੂੰ ਇੰਗਲਿਸ਼ ਦੇ ਵਿੱਚ ਐਰੋਪੋਨਿਕਸ ਕਿਹਾ ਜਾਂਦਾ। ਇਹਦੇ ਵਿੱਚ ਜੋ ਕਲਟੀਵੇਸ਼ਨ ਹੁੰਦੀ ਆ ਉਹ ਵਾਇਰਸਲੈਸ ਉਹਦੇ ਵਿੱਚ ਕੋਈ ਵੀ ਵਾਇਰਸ ਵਿੱਚ ਸੀਡ ਦੇ ਵਿੱਚ ਨਹੀਂ ਆਉਂਦਾ ਜਿਹੜੀ ਇਹਦੇ ਵਿੱਚ ਆਪਾਂ ਮਿੰਨੀ ਟਿਊਬਰ ਤਿਆਰ ਕਰਦੇ ਹਾਂ ਜਿਹੜੇ ਕਿਸਾਨਾਂ ਨੂੰ ਅੱਗੇ ਦਿੰਦੇ ਆ। ਸੁਖਪਾਲ ਸਿੰਘ ਜੀ ਇੱਕ ਤਾਂ ਥੋੜ੍ਹੇ ਇਹਦੀ ਇਕਨੋਮਿਕਸ ਬਾਰੇ ਵੀ ਚੰਨਣਾ ਪਾਓ ਵੀ ਕਿਹੜੀ ਚੀਜ਼ ਕਿੰਨੇ ਦੀ ਲੈ ਕੇ ਤੇ ਕਿਸਾਨ ਨੂੰ ਕਿਵੇਂ ਫਾਇਦਾ ਹੋ ਸਕਦਾ ਹੈ। ਜਿਹੜਾ G4 ਆ ਉਹਨੂੰ ਆਪਾਂ ਇੱਕ ਬਰੀਡਰ ਸੀਡ ਕਹਿ ਸਕਦੇ ਹਾਂ ਜਿਹੜੀ ਇਹਦੂ ਪਿਛਲੀ ਟੈਕਨੋਲੋਜੀ ਆ ਉਹ ਆਪਾਂ ਸਾਇੰਸ ਨੇ ਇੰਨੀ ਤਰੱਕੀ ਕਾਰਨ ਵੀ ਉਹਨੂੰ ਆਪਾਂ ਪਿੱਛੇ ਲੈ ਗਏ ਹਾਂ ਵੀ ਉਦੋਂ ਵੀ ਵਧੀਆ ਡਿਵੈਲਪ ਕਰ ਲਈ ਜਾਂ ਇਹ ਜਿਹੜੀ G4 ਹੁੰਦੀ ਆ ਉਹ ਇੱਕ ਸਾਇੰਸਦਾਨ ਜਿਹੜਾ ਆਪਣਾ 10-15 ਸਾਲਾਂ ਦੇ ਵਿੱਚ ਇੱਕ ਵੈਰਾਈਟੀ ਨੂੰ ਯਾਦ ਕਰਦਾ ਉਹਨੂੰ ਬਰੀਡਰ ਸੀਡ ਕਹਿੰਦੇ ਆ ਉਦੋਂ ਵੀ ਬਹੁਤ ਵਧੀਆ ਜਿਹੜੀ ਆਪਣੀ ਇਹ ਕਿਸਮ ਆ ਉਹ ਆਪਾਂ ਪੈਦਾ ਕਰਕੇ ਕਿਸਾਨ ਨੂੰ ਦੇ ਸਕਦੇ। ਕਿਸਾਨ ਵੀਰ ਤੁਹਾਡੇ ਕੋਲੇ ਕਿਵੇਂ ਪਹੁੰਚ ਕਰ ਸਕਦੇ ਆ ਉਹਦੇ ਬਾਰੇ ਵੀ ਦੱਸੋ। ਕਿਸਾਨ ਵੀਰ ਜਾਂ ਕੋਈ ਵੀ ਮੇਰਾ ਵੀਰ ਸਾਡੇ ਫਾਰਮ ਤੇ ਆਉਣਾ ਚਾਹੁੰਦਾ ਤੇ ਉਹ ਆ ਸਕਦਾ ਅਸੀਂ ਉਹਦਾ ਵੈਲਕਮ ਕਰਦੇ ਆ ਉੱਥੇ ਸਾਰੇ ਪਰਿਵਾਰ ਵੱਲੋਂ। ਇਹਦੀ ਟੈਕਨੋਲੋਜੀ ਹੈ G0 ਜਾਂ G1 G2 3 ਕੋਈ ਵੀ ਕਿਸਾਨ ਲੈ ਕੇ ਜਿੱਥੋਂ ਵੀ ਮਰਜ਼ੀ ਸ਼ੁਰੂ ਕਰ ਲਏ। ਮਤਲਬ ਇਹਦਾ ਇਹ ਆ ਵੀ ਤੁਸੀਂ ਵਾਇਰਸਲੈਸ ਸਾਰਿਆਂ ਨਾਲੋਂ ਵਧੀਆ ਟੈਕਨੋਲੋਜੀ ਦਾ ਇੱਕ ਸੀਡ ਆਪ ਆਪਣੇ ਵਾਸਤੇ ਪੈਦਾ ਕਰਕੇ ਤੇ ਗਾਂ ਆਪਣੇ ਪੰਜਾਬ ਨੂੰ ਦਿਓ ਆਪਣੇ ਸਾਰੇ ਦੇਸ਼ ਦੇ ਵਿੱਚ ਇਹਨੂੰ ਡਿਵੈਲਪ ਕਰੋ। ਸਾਰਿਆਂ ਨੂੰ ਪਤਾ ਵੀ ਇੱਕ ਵਾਇਰਸ ਐਸੀ ਦੁਨੀਆ ਦੀ ਇੱਕ ਐਸੀ ਬਿਮਾਰੀ ਆ ਇੱਕ ਡਿਜੀਜ਼ ਆ ਵੀ ਜਿਹਨੂੰ ਆਪਾਂ ਵੈਸੇ ਰੋਕ ਨਹੀਂ ਸਕਦੇ। ਜਿਹੜਾ ਇਹਦੀ ਤਿਆਰ ਹੁੰਦਾ ਇਹ ਇੱਕ ਬਹੁਤ ਸਾ ਵਾਤਾਵਰਨ ਬਣਾਇਆ ਜਾਂਦਾ ਉਹਦੇ ਵਿੱਚ ਰੋਕ ਕੇ ਆਮ ਬੰਦਾ ਉਹਦੇ ਵਿੱਚ ਐਂਟਰ ਨਹੀਂ ਕਰ ਸਕਦਾ। ਇਸ ਕਾਰਨ ਇਹਦੇ ਵਿੱਚ ਰਹਿੰਦਾ ਨਹੀਂ ਕੋਈ ਬਿਮਾਰੀ ਹੋਊਗੀ ਵਾਇਰਸ ਦੀ। ਉਮੀਦ ਹੈ ਸੁਖਪਾਲ ਸਿੰਘ ਜੀ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਸਾਡੇ ਵਿਊਰ ਨੂੰ ਪਸੰਦ ਆਏਗੀ ਤੇ ਕੋਈ ਵੀ ਇਹਦੇ ਨਾਲ ਰਿਲੇਟਡ ਟੈਕਨੋਲੋਜੀ ਨਾਲ ਰਿਲੇਟਡ ਮਿੰਨੀ ਟਿਊਬਰ ਟੈਕਨੋਲੋਜੀ ਨਾਲ ਰਿਲੇਟਡ ਤੁਹਾਡੇ ਕੋਈ ਸਵਾਲ ਨੇ ਤਾਂ ਤੁਹਾਨੂੰ ਸਕਰੀਨ ਤੇ ਨੰਬਰ ਵੀ ਦਿੱਤਾ ਜਾ ਰਿਹਾ ਇਹ ਨੰਬਰ ਲੈ ਕੇ ਤੁਸੀਂ ਕਾਲ ਕਰ ਸਕਦੇ ਹੋ ਸੁਖਪਾਲ ਸਿੰਘ ਜੀ ਨੂੰ। ਮੇਰਾ ਨੰਬਰ ਆ 99-152-3542। ਜਿਹੜਾ ਪੋਟੈਟੋ ਗਰੁੱਪ ਦਾ ਜਿਹੜਾ ਉਦਮ ਹੈ ਵੀ ਆਪਾਂ ਕਿਸਾਨੀ ਨੂੰ ਪ੍ਰੋਫਿਟੇਬਲ ਲੈ ਕੇ ਜਾਣਾ ਤੇ ਉਹਦੇ ਲਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਛੇਤੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।